एनिमल ज्ञान चैनल देख रहे सारे ही दर्शक वीरां नूं सत श्री अकाल। किसान वीरों जे तुसी साडे चैनल ते हो नवें तां साडे चैनल नूं हुणे ही करो सबसक्राइब तां कि साडी आउण वाली हर वीडियो तुहाडे तक पहुँच सके। वीडियो शुरू करन तों पहलां सारे किसान वीरां नूं बेनती है कि वीडियो नूं एंड तक पूरा देखियो, कितों भी स्किप ना करियो। अज की अपनी इस वीडियो में असी गल करांगे निम दे दरख्त की कि किवें डेयरी फार्मिंग दे धंदे नाल जुड़े हुए किसान भरावां दे लई इह दरख्त लाभकारी हो सकता है। इस दरख्त की खासियत यह है कि सानू यह हर किते आसानी नाल मिल जाता है। दोस्तों आयुर्वेदा दे विच इस नूं सर्व रोग नाशक आख्या गया है, यानी कि सारे रोगों नाल लड़न दे लई शक्ति प्रदान करता है। तो दोस्तों जेकर गल करिए डेयरी फार्मिंग धंदे की, तो जेकर जिन्ना भी संभव हो सके अपने जानवरों नूं इस दरख्त दे नाल ही बन्निया जाना चाहीदा है, क्योंकि कई यह एक एयर प्योरीफायर का काम करता है, हवा नूं शुद्ध करता है। किसान भरावो पशु दे सून तो बाद सानू अपने पशु नूं निम पाउणी चाहीदी है, क्योंकि इस दे पत्ते खाण दे नाल साडा पशु दुध वधेगा ते नाल ही उसके जिहड़े पेट दे कीड़े आ ओह वी मर जाणगे। एक नैचुरल डीवॉर्मिंग का काम करती है। जेकर साडे पशु नूं मिल्क फीवर हो गया है तां 100 ग्राम निम के पत्ते लैके उस दे विच नमक मिक्स करके असीं अपने पशु नूं देना है, उस नाल उसकी मिल्क फीवर की समस्या दूर हो जाएगी। तो दोस्तों इस दे नाल ही जे साडे पशु दे सट लग गई आ जां उस दे जख्म हो गया, उस दे विच कीड़े पै गए आ, तां असीं निम नूं उस दे जख्म वाली थां ते तुलसी नाल रला के भी बन्न सकते हैं। FMD दे विच जेकर साडे पशु दे खुर पक गए हन ਤਾਂ ਨਿੰਮ ਦੇ ਪੱਤਿਆਂ ਨੂੰ ਪਾਣੀ ਦੇ ਵਿੱਚ ਉਬਾਲ ਕੇ ਅਸੀਂ ਪਸ਼ੂ ਦੇ ਜਿਹੜੇ ਪੈਰ ਧੋਣੇ ਹਨ, ਇਸ ਨਾਲ ਉਸਦੇ ਜਿਹੜੇ ਪੈਰਾਂ ਦੀ ਖੁਰ ਦੀ ਸਮੱਸਿਆ ਜੋ ਪੱਕੇ ਹੋਏ ਹਨ ਉਹ ਠੀਕ ਹੋ ਸਕਦੀ ਹੈ। ਤਾਂ ਦੋਸਤੋ ਨਿੰਮ ਖਾਣ ਨਾਲ ਪਸ਼ੂ ਦੀ ਭੁੱਖ ਵੱਧਦੀ ਹੈ ਅਤੇ ਉਸਦੇ ਪੇਟ ਦੇ ਕੀੜੇ ਮਰਦੇ ਹਨ। ਤਾਂ ਦੋਸਤੋ ਬੱਚੇਦਾਨੀ ਦੀ ਜਿਹੜੀ ਇਨਫੈਕਸ਼ਨ ਹੈ ਮੱਝ ਗਾਂ ਦੀ ਉਹ ਵੀ ਠੀਕ ਹੁੰਦੀ ਹੈ। ਇਸ ਦੇ ਨਾਲ ਅਸੀਂ ਜਿਹੜੀ ਨਿੰਮ ਹੈ ਉਹ ਬੱਕਰੀਆਂ ਗਾਵਾਂ ਜਾਂ ਕੋਈ ਵੀ ਹੋਰ ਜਾਨਵਰ ਹੋਵੇ ਉਸਨੂੰ ਜ਼ਰੂਰ ਹੀ ਪਾਉਣੀ ਹੈ, ਇਸ ਨਾਲ ਉਸਦੀ ਗਰੋਥ ਵੀ ਵਧੀਆ ਹੁੰਦੀ ਹੈ। ਜੇ ਸਾਡੇ ਪਸ਼ੂ ਨੂੰ ਵਾਇਰਲ ਹੋ ਗਿਆ ਹੈ, ਬੁਖਾਰ ਹੋ ਗਿਆ ਹੈ, ਤਾਂ ਅਸੀਂ ਨਿੰਮ ਦਾ ਸੱਕ ਲੈਣਾ ਹੈ, ਉਸਨੂੰ ਪਾਣੀ ਵਿੱਚ ਉਬਾਲ ਕੇ ਉਸ ਦੇ ਵਿੱਚ ਹਲਦੀ ਪਾ ਕੇ, ਨਾਲ ਤੁਸੀਂ ਧਨੀਆ ਪਾਊਡਰ ਵੀ ਯੂਜ਼ ਕਰ ਸਕਦੇ ਹਾਂ। ਇਹ ਤਿੰਨਾਂ ਚੀਜ਼ਾਂ ਨੂੰ ਪਾ ਕੇ ਅਸੀਂ ਆਪਣੇ ਪਸ਼ੂ ਨੂੰ ਦੇਵਾਂਗੇ ਤਾਂ ਉਸਦਾ ਬੁਖਾਰ ਠੀਕ ਹੋ ਜਾਵੇਗਾ। ਕਿਸਾਨ ਭਰਾਵੋ ਨਿੰਮ ਦਾ ਤੇਲ ਤੁਸੀਂ ਪੰਸਾਰੀ ਦੀ ਦੁਕਾਨ ਤੋਂ ਵੀ ਲੈ ਸਕਦੇ ਹੋ। ਤੁਸੀਂ ਇਸ ਤੇਲ ਨੂੰ ਆਪਣੇ ਪਸ਼ੂ ਦੇ ਪਿੰਡੇ 'ਤੇ ਮਲਣਾ ਹੈ। ਜੇਕਰ ਉਸਦੀ ਚਿਚੜੀ ਵਗੈਰਾ ਹੋਵੇਗੀ ਉਹ ਖਤਮ ਹੋ ਜਾਵੇਗੀ। ਤਾਂ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਇੱਕ ਐਂਟੀ ਵਾਇਰਲ ਦਾ ਕੰਮ ਵੀ ਕਰਦਾ ਹੈ, ਯਾਨੀ ਕਿ ਪਸ਼ੂ ਮਾਤਾ ਪਸ਼ੂ ਚੇਚਕ ਇਹ ਸਮੱਸਿਆ ਕਦੇ ਵੀ ਨਹੀਂ ਆਵੇਗੀ ਸਾਡੇ ਪਸ਼ੂ। ਕਿਸਾਨ ਭਰਾਵੋ ਗਰਮੀ ਦੇ ਮੌਸਮ ਵਿੱਚ ਮੱਖੀ ਮੱਛਰ ਤੋਂ ਛੁਟਕਾਰਾ ਪਾਉਣ ਲਈ ਵੀ ਨਿੰਮ ਸਾਡੀ ਮਦਦ ਕਰ ਸਕਦੀ ਹੈ। ਤੁਸੀਂ ਇਸ ਦੀਆਂ ਗਟੋਲੀਆਂ ਨੂੰ ਕੁੱਟ ਲੈਣਾ ਹੈ, ਫਿਰ ਉਸ ਵਿੱਚ ਸਰ੍ਹੋਂ ਦਾ ਤੇਲ ਪਾ ਕੇ ਉਸਨੂੰ ਉਬਾਲਣਾ ਹੈ ਅਤੇ ਛਾਣ ਕੇ ਰੱਖ ਲੈਣਾ ਹੈ। ਤਾਂ ਦੋਸਤੋ ਤੁਸੀਂ ਰੋਜ਼ਾਨਾ ਹੀ ਇਸ ਛਾਨੇ ਹੋਏ ਤੇਲ ਨੂੰ ਆਪਣੇ ਪਸ਼ੂ ਦੇ ਪਿੰਡੇ 'ਤੇ ਲਾਉਣਾ ਹੈ, ਇਸ ਨਾਲ ਉਸਦੇ ਮੱਖੀ ਮੱਛਰ ਨਹੀਂ ਬੈਠੇਗਾ, ਸਾਡੇ ਪਸ਼ੂ ਦਾ ਦੁੱਧ ਵੀ ਵਧੇਗਾ। ਕਿਸਾਨ ਭਰਾਵੋ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰੋ। ਵੀਡੀਓ ਦੇਖਣ ਲਈ ਆਪ ਸਭ ਦਾ ਧੰਨਵਾਦ।